ਮਾਨਯੋਗ ਦਲਜਿੰਦਰ ਸਿੰਘ ਜੀ ਢਿੱਲੋਂ PPS SSP ਪਠਾਨਕੋਟ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ 'ਤੇ ਮਾੜੇ ਅਨਸਰਾਂ, ਚੋਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਜਿਹੜੀ ਅਸੀਂ ਮੁਹਿੰਮ ਉਹ ਬਿੰਨੀ ਹੋਈ ਆ, ਇਹਦੇ ਚੱਲਦਿਆਂ ਇੰਸਪੈਕਟਰ ਮਨਜੀਤ ਸਿੰਘ, SHO ਸਦਰ ਪਠਾਨਕੋਟ ਅਤੇ ਉਸਦੀ ਟੀਮ ਵੱਲੋਂ 2 ਚੋਰ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਵਿੱਚੋਂ ਚੋਰਾਂ ਦੇ ਵਿੱਚੋਂ ਇੱਕ ਅਭਿਸ਼ੇਕ ਗੁਰਦਾਸਪੁਰ ਦਾ ਅਤੇ ਕ੍ਰਿਸ਼ੀ ਬਟਾਲੇ ਦਾ ਰਹਿਣ ਵਾਲਾ। ਇਹਨਾਂ ਚੋਰਾਂ ਨੇ ਇਸ ਇਲਾਕੇ ਦੇ ਵਿੱਚ ਕਾਫੀ ਤਰਥੱਲ ਮਚਾਈ ਹੋਈ ਸੀ ਅਤੇ ਕਈ ਜਗ੍ਹਾ ਇਹਨਾਂ ਨੇ ਚੋਰੀਆਂ ਕੀਤੀਆਂ। ਇੱਕ ਚਾਕੋ ਲਾੜੀ ਦੇ ਵਿੱਚ ਮਾਤਾ ਦਾ ਮੰਦਿਰ ਹੈ, ਉੱਥੋਂ ਇਹਨਾਂ ਨੇ ਮਾਤਾ ਦਾ ਜਿਹੜਾ ਲੌਕਟ ਆ ਉਹ ਚੋਰੀ ਕਰ ਲਿਆ ਸੀ, ਜੋ ਅਸੀਂ ਬਰਾਮਦ ਕਰ ਲਿਆ। ਅਤੇ ਇਸੇ ਤਰ੍ਹਾਂ ਚਾਕੋ ਲਾੜੀ ਦੇ ਵਿੱਚ ਘਰ ਦੇ ਵਿੱਚੋਂ ਇਹਨਾਂ ਨੇ 4500 ਰੁਪਏ ਵੀ ਚੋਰੀ ਕੀਤਾ ਸੀ, ਉਹ ਵੀ ਅਸੀਂ ਬਰਾਮਦ ਕਰ ਲਿਆ। ਅਤੇ ਇੱਕ ਜਿਹੜਾ ਰਾਜਪੁਰ ਦਾ ਪਿੰਡ ਵਿੱਚ 6 ਤੋਲੇ ਸੋਨੇ ਅਤੇ 60,000 ਰੁਪਈਆ ਚੋਰੀ ਹੋਇਆ ਸੀ, ਉਹ ਵੀ ਇਹਨਾਂ ਨੇ ਵਾਰਦਾਤ ਮੰਨੀ ਹੈ, ਉਹ ਅਸੀਂ ਜਿਹੜਾ ਇਹਨਾਂ ਦੇ ਕੋਲੋਂ ਰਿਕਵਰੀ ਅਸੀਂ ਕਰਵਾ ਰਹੇ ਹਾਂ। ਅਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਦੀਨਾ ਨਗਰ ਦੇ ਵਿੱਚ ਵੀ 4-5 ਚੋਰੀਆਂ ਆਪਣੀਆਂ ਕੀਤੀਆਂ ਮੰਨੀਆਂ ਨੇ, ਜੋ ਇਲਾਕੇ ਦੇ ਵਿੱਚ ਚੋਰ ਕਾਫੀ ਸਰਗਰਮ ਹੈ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ 8 ਦੇ ਕਰੀਬ ਮੁਕੱਦਮੇ ਦਰਜ ਹੈ, ਜਿਹਨਾਂ ਵਿੱਚ ਇਹ ਜਿਹੜਾ ਆਪਣਾ ਜ਼ਮਾਨਤ ਆ। ਸਰ ਹੋਰ ਵੀ ਹੈਗੇ ਇਹਨਾਂ? ਇਸ ਤਰ੍ਹਾਂ ਅਸੀਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ, ਇਹਨਾਂ ਦੇ ਖਿਲਾਫ਼ ਪਰਚਾ ਦਰਜ ਆ, ਇਹ ਸਾਡੇ ਕੋਲ ਰਿਮਾਂਡ 'ਤੇ ਆ। ਅਤੇ ਇਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਹੋਰ ਵੀ ਚੋਰੀਆਂ ਕੀਤੀਆਂ ਨੇ, ਜਿਨ੍ਹਾਂ ਦਾ ਅਸੀਂ ਜਲਦੀ ਹੀ ਪਰਦਾਫਾਸ਼ ਕਰ ਦਿਆਂਗੇ। ਮਾਨਯੋਗ ਦਲਜਿੰਦਰ ਸਿੰਘ ਜੀ ਢਿੱਲੋਂ PPS SSP ਪਠਾਨਕੋਟ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ 'ਤੇ ਮਾੜੇ ਅਨਸਰਾਂ, ਚੋਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਜਿਹੜੀ ਅਸੀਂ ਮੁਹਿੰਮ ਉਹ ਬਿੰਨੀ ਹੋਈ ਆ, ਇਹਦੇ ਚੱਲਦਿਆਂ ਇੰਸਪੈਕਟਰ ਮਨਜੀਤ ਸਿੰਘ, SHO ਸਦਰ ਪਠਾਨਕੋਟ ਅਤੇ ਉਸਦੀ ਟੀਮ ਵੱਲੋਂ 2 ਚੋਰ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਵਿੱਚੋਂ ਚੋਰਾਂ ਦੇ ਵਿੱਚੋਂ ਇੱਕ ਅਭਿਸ਼ੇਕ ਗੁਰਦਾਸਪੁਰ ਦਾ ਅਤੇ ਕ੍ਰਿਸ਼ੀ ਬਟਾਲੇ ਦਾ ਰਹਿਣ ਵਾਲਾ। ਇਹਨਾਂ ਚੋਰਾਂ ਨੇ ਇਸ ਇਲਾਕੇ ਦੇ ਵਿੱਚ ਕਾਫੀ ਤਰਥੱਲ ਮਚਾਈ ਹੋਈ ਸੀ ਅਤੇ ਕਈ ਜਗ੍ਹਾ ਇਹਨਾਂ ਨੇ ਚੋਰੀਆਂ ਕੀਤੀਆਂ ਨੇ। ਇੱਕ ਚਾਕੋ ਲਾੜੀ ਦੇ ਵਿੱਚ ਮਾਤਾ ਦਾ ਮੰਦਿਰ ਹੈ, ਉੱਥੋਂ ਇਹਨਾਂ ਨੇ ਮਾਤਾ ਦਾ ਜਿਹੜਾ ਲੌਕਟ ਆ ਉਹ ਚੋਰੀ ਕਰ ਲਿਆ ਸੀ, ਜੋ ਅਸੀਂ ਬਰਾਮਦ ਕਰ ਲਿਆ। ਅਤੇ ਇਸੇ ਤਰ੍ਹਾਂ ਚਾਕੋ ਲਾੜੀ ਦੇ ਵਿੱਚ ਘਰ ਦੇ ਵਿੱਚੋਂ ਇਹਨਾਂ ਨੇ 4500 ਰੁਪਏ ਵੀ ਚੋਰੀ ਕੀਤਾ ਸੀ, ਉਹ ਵੀ ਅਸੀਂ ਬਰਾਮਦ ਕਰ ਲਿਆ। ਅਤੇ ਇੱਕ ਜਿਹੜਾ ਰਾਜਪੁਰ ਦਾ ਪਿੰਡ ਵਿੱਚ 6 ਤੋਲੇ ਸੋਨੇ ਅਤੇ 60,000 ਰੁਪਈਆ ਚੋਰੀ ਹੋਇਆ ਸੀ, ਉਹ ਵੀ ਇਹਨਾਂ ਨੇ ਵਾਰਦਾਤ ਮੰਨੀ ਹੈ, ਉਹ ਅਸੀਂ ਜਿਹੜਾ ਇਹਨਾਂ ਦੇ ਕੋਲੋਂ ਰਿਕਵਰੀ ਅਸੀਂ ਕਰਵਾ ਰਹੇ ਹਾਂ। ਅਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਦੀਨਾ ਨਗਰ ਦੇ ਵਿੱਚ ਵੀ 4-5 ਚੋਰੀਆਂ ਆਪਣੀਆਂ ਕੀਤੀਆਂ ਮੰਨੀਆਂ ਨੇ, ਜੋ ਇਲਾਕੇ ਦੇ ਵਿੱਚ ਚੋਰ ਕਾਫੀ ਸਰਗਰਮ ਹੈ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ 8 ਦੇ ਕਰੀਬ ਮੁਕੱਦਮੇ ਦਰਜ ਹੈ, ਜਿਨ੍ਹਾਂ ਵਿੱਚ ਇਹ ਜਿਹੜਾ ਆਪਣਾ ਜ਼ਮਾਨਤ ਆ। ਸਰ ਹੋਰ ਵੀ ਹੈਗੇ ਇਹਨਾਂ? ਇਸ ਤਰ੍ਹਾਂ ਅਸੀਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ, ਇਹਨਾਂ ਦੇ ਖਿਲਾਫ਼ ਪਰਚਾ ਦਰਜ ਆ, ਇਹ ਸਾਡੇ ਕੋਲ ਰਿਮਾਂਡ 'ਤੇ ਆ। ਅਤੇ ਇਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਹੋਰ ਵੀ ਚੋਰੀਆਂ ਕੀਤੀਆਂ ਨੇ, ਜਿਨ੍ਹਾਂ ਦਾ ਅਸੀਂ ਜਲਦੀ ਹੀ ਪਰਦਾਫਾਸ਼ ਕਰ ਦਿਆਂਗੇ।